ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਸਾਹਿਬ ਸੰਗਤ ਰਜੌਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤ ਜੋਤ ਪੁਰਬ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਆਈ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਈ, ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਆਈਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਟਨਾ ਸਾਹਿਬ ਦੀ ਪਵਿੱਤਰ ਧਰਤੀ, ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਦੀ ਕਮੇਟੀ ਦੇ ਦੇਖ ਰੇਖ ਦੇ ਹੇਠ ਗੁਰਦੁਆਰਾ ਰਜੌਲੀ ਦੀ ਪੂਰੀ ਸਾਧ ਸੰਗਤ ਨੇ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ, ਬਹੁਤ ਹੀ ਮਿਲ ਜੁਲ ਕੇ ਮਨਾਇਆ। ਹਰ ਸਾਲ ਦੀ ਭਾਂਤੀ ਇੱਥੇ ਗੁਰਪੁਰਬ ਮਨਾਇਆ ਗਿਆ। ਅੱਗੇ ਵੀ ਅਸੀਂ ਕਹਾਂਗੇ ਕਿ ਹਰ ਸਾਲ ਇੱਥੇ ਗੁਰਪੁਰਬ ਮਨਾਇਆ ਜਾਏ। ਨਗਰ ਕੀਰਤਨ ਨਿਕਲੇ, ਗੁਰੂ ਮਹਾਰਾਜ ਦੇ ਪਹਿਲੇ ਅਖੰਡ ਪਾਠ ਸਾਹਿਬ ਰੱਖੇ ਗਏ 26 ਤਰੀਕ ਨੂੰ, ਅੱਜ ਉਹਨਾਂ ਦੀ ਸਮਾਪਤੀ ਹੋਈ ਅਤੇ ਸਮਾਪਤੀ ਤੋਂ ਬਾਅਦ ਕੀਰਤਨ ਹੋਏ, ਕਥਾ ਹੋਈ, ਅਰਦਾਸ ਹੋਇਆ, ਹੁਣ ਲੰਗਰ ਚੱਲ ਰਹੇ ਹਨ, ਗੁਰੂ ਮਹਾਰਾਜ ਦੇ ਅਟੁੱਟ ਲੰਗਰ ਚੱਲ ਰਹੇ ਹਨ। ਅਤੇ ਅਸੀਂ ਹਰ ਜਗ੍ਹਾ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਨਾਮ ਲੇਵਾ ਜਿੱਥੇ ਜਿੱਥੇ ਸੰਗਤ ਹੈ ਉੱਥੇ ਉੱਥੇ ਜਾਈਏ, ਧਰਮ ਦਾ ਪ੍ਰਚਾਰ ਕਰੀਏ, ਸਿੱਖੀ ਦਾ ਪ੍ਰਚਾਰ ਕਰੀਏ, ਸਿੱਖੀ ਦੇ ਨਾਲ ਜੋੜੀਏ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜੀਏ ਕਿ ਸਭ ਦਾ ਜਿਹੜਾ ਭਲਾ ਹੋਵੇ, ਸਰਬੱਤ ਦਾ ਭਲਾ ਹੋਵੇ। ਅਤੇ ਇਹੀਓ ਮੈਂ ਅਰਦਾਸ ਕਰਨਾ ਵਾਂ ਪੂਰੀ ਕਮੇਟੀ ਦਾ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਅਤੇ ਇੱਥੇ ਦੀ ਤਲਈਆ ਦੀ ਸੰਗਤ, ਰਜੌਲੀ ਦੀ ਸੰਗਤ, ਗਿਆ ਦੀ ਸੰਗਤ, ਸਾਡੇ ਇੱਥੇ ਦੇ ਪ੍ਰਸ਼ਾਸਨ, DM, SDO ਸਭ ਦਾ ਮੈਂ ਧੰਨਵਾਦ ਕਰਨਾ ਕਿ ਸਾਰਿਆਂ ਨੇ ਮਿਲ ਜੁਲ ਕੇ ਸਾਥ ਦਿੱਤਾ ਅਤੇ ਅਸੀਂ ਬੜਾ ਵੱਡਾ ਸਮਾਗਮ ਮਨਾਇਆ। ਅੱਗੇ ਵੀ ਗੁਰੂ ਮਹਾਰਾਜ ਕੇਂਦ ਕਿਰਪਾ ਕਰਦੇ ਰਹਿਣ ਅਤੇ ਕਮੇਟੀ ਦੇ ਸਹਿਯੋਗ ਨਾਲ ਸਾਡੇ ਪ੍ਰਧਾਨ ਸਾਹਿਬ, ਜਨਰਲ ਸੈਕਟਰੀ ਸਾਹਿਬ, ਹੋਰ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹਨ, ਸਭ ਦੇ ਸਹਿਯੋਗ ਨਾਲ ਮਨਾਇਆ ਗਿਆ। ਬਹੁਤ ਹੀ ਅੱਛੇ ਤਰੀਕੇ ਨਾਲ, ਬਹੁਤ ਹੀ ਮਨ ਖੁਸ਼ ਹੈ। ਅੱਜ ਦੇ ਦਿਨ 'ਚ ਜੋ ਵੀ ਇੱਥੇ ਉਪਰਾਲਾ ਕੀਤਾ ਹੈ, ਇਹ ਨਾਨਕ ਪੰਥੀਆਂ ਦਾ ਉਪਰਾਲਾ ਹੈ। ਇਹ ਬੜੀ ਵੱਡੀ ਜਗ੍ਹਾ ਹੈ। ਇੱਥੇ ਗੁਰੂ ਨਾਨਕ ਸਾਹਿਬ ਆਪਣੀ ਪੂਰਬ ਦੀ ਉਦਾਸੀ ਦੇ ਵਿੱਚ ਮੇਰੇ ਖਿਆਲ ਕੁਛ 90-95 ਦਿਨ ਇੱਥੇ ਰਹੇ ਨੇ, 3 ਮਹੀਨੇ ਕੁਛ ਦਿਨ। ਪਰ ਗੁਰੂ ਸਾਹਿਬ ਦੇਖੋ ਬਹੁਤ ਘੱਟ ਸਮਾਂ ਦਿੰਦੇ ਸੀ ਕਿਤੇ ਇੱਕ ਥਾਂ 'ਤੇ ਟਿਕਣ ਦਾ, ਜੇ ਇੱਥੇ ਟਿਕੇ ਨੇ ਤਾਂ ਇਹ ਸਮਝ ਲਓ ਕਿ ਬਹੁਤ ਵੱਡੀ ਜਗ੍ਹਾ ਹੈ ਜਿੱਥੇ। ਔਰ ਉਸ ਤੋਂ ਬਾਅਦ ਬਾਬੇ ਸ਼੍ਰੀ ਚੰਦ ਜੀ ਦਾ ਜਿਹੜਾ ਪ੍ਰਚਾਰ ਆ, ਬਾਬੇ ਗੁਰਦਿੱਤੇ ਦਾ ਪ੍ਰਚਾਰ ਆ, ਉਹਦੀ ਬੜੀ ਵੱਡੀ ਦੇਣ ਆ ਖਾਲਸਾ ਪੰਥ ਨੂੰ। ਅੱਜ ਉਹੀ ਦਿਨ ਮਨਾਇਆ ਜਾ ਰਿਹਾ ਹੈ। ਅੱਜ ਬਾਬੇ ਨਾਨਕ ਦਾ ਆਪਣਾ ਜੋਤੀ ਜੋਤ ਸਮਾਉਣਾ 485ਵਾਂ ਅੱਜ ਇੱਥੇ ਰਜੌਲੀ ਦੀ ਧਰਤੀ 'ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਦੇ ਉਪਰਾਲੇ ਵਜੋਂ, ਇੱਥੇ ਲੋਕਲ ਸੰਗਤ ਦੇ ਉਪਰਾਲੇ ਵਜੋਂ, ਇੱਥੇ ਝੁਮਰੀ ਤਲਈਆ ਤੋਂ ਸੰਗਤ ਆ ਉਹਦੇ ਉਪਰਾਲੇ ਵਜੋਂ, ਹੋਟਲ ਦੇ ਸਿੰਘ ਨੇ ਸਰਦਾਰ ਅਵਤਾਰ ਸਿੰਘ, ਹੋਰ ਮੇਰੇ ਵੀਰ ਸ਼ੇਰੇ ਪੰਜਾਬ ਵਾਲੇ, ਬਰੀ ਦੀ ਸੰਗਤ ਆ। ਇਸ ਹਿਸਾਬ ਨਾਲ ਬੜੇ ਇਲਾਕੇ ਤੋਂ 60-70 ਕਿਲੋਮੀਟਰ ਦੂਰ ਤੋਂ ਚੱਲ ਕੇ ਸੰਗਤ ਦੇ ਰੂਪ 'ਚ ਲੋਕ ਇੱਥੇ ਆਏ ਨੇ, ਸੰਗਤ ਆਈ ਆ, ਜਿਨ੍ਹਾਂ ਨੇ ਬੜੇ ਉਤਸ਼ਾਹ ਅਤੇ ਉਪਰਾਲੇ ਨਾਲ ਅੱਜ ਦਾ ਦਿਨ ਮਨਾਇਆ ਹੈ। ਔਰ ਸਾਨੂੰ ਬੜਾ ਚਾਅ ਆ, ਮੈਂ ਪਹਿਲੀ ਵਾਰੀ ਇਸ ਧਰਤੀ ਦੇ ਉੱਤੇ ਨਗਰ ਕੀਰਤਨ ਨਿਕਲਦਾ ਦੇਖਿਆ ਹੈ, ਗੁਰੂ ਦੇ ਦੀਵਾਨ ਸੱਜਦੇ ਦੇਖੇ ਆ।